कांग्रेस के सीनियर आगू हरिंदरपाल सिंह हरिमान वालों दिते एक विवादित बयान की आलोचना का दौर जारी है। इस संबंधी श्रोमणी अकाली दल के सनौर तो विधायक हरिंदरपाल सिंह चंदूमाजा ने हरिमान के इस बयान की सख्त शब्दों में निखेधी की है। उन्होंने कहा कि पंजाब सरकार इस मामले से जल्द कार्रवाई करे। उन्होंने कहा कि जेकर इस मामले में हरिमान खिलाफ बन की कार्रवाई ना की गई तो पटियाला सीएम हाउस के बाहर इकले ही धरने से बैठे। ਪਹਿਲਾਂ ਤਾਂ ਅਸੀਂ ਇਹਨੂੰ ਰਿੱਕਾ ਸਾਹਿਬ ਕਹਿ ਰਹੇ ਸੀ, ਪਰ ਹੁਣ ਇਹਨਾਂ ਨੇ ਮੈਂ ਸਮਝਦਾ ਜਿਵੇਂ ਹੁਣ ਵੀ ਜਿਵੇਂ ਦਾ ਫੁਕਰਪੰਥੀਆਂ ਵਾਲਾ ਬਿਆਨ, ਇਹ ਤਾਂ ਕਾਲਜਾਂ ਬਿਲਕੁਲ ਮੈਂ ਸਮਝਦਾ ਇੱਕ ਇਮੈਚਿਓਰ ਫੁਕਰੇ ਵਿਅਕਤੀਆਂ ਵਾਲਾ ਬਿਆਨ ਹੈ, ਬਚਕਾਨਾ ਬਿਆਨ ਹੈ। ਬਚਕਾਨਾ ਵੀ ਇਹਦੇ ਲਈ ਛੋਟਾ ਹੈ, ਸਭ ਤੋਂ ਵਧੀਆ ਸ਼ਬਦ ਆ ਵੀ ਜਿਸ ਤਰੀਕੇ ਨਾਲ ਦਿੱਤਾ ਗਿਆ। ਤੁਹਾਨੂੰ ਪ੍ਰੈਸ ਜ਼ਿਆਦਾ ਅਪਰੋਪਰੀਏਟ ਵਰਡ ਕੱਢ ਸਕਦੀ ਆ, ਵੈਸੇ ਸਨੌਰ ਦੇ ਲੋਕ ਤਾਂ ਹੈਰੀ ਡੌਨ ਕਹਿੰਦੇ ਆ। ਸੀਐਮ ਸਾਹਿਬ ਤੁਹਾਡੇ ਨਾਲ ਲੱਗਦੇ ਗੁਆਂਢੀ ਹਲਕੇ ਦੇ ਲੋਕ ਆਪਣੇ ਆਪ ਨੂੰ ਮਹਿਫੂਜ਼ ਨਹੀਂ ਕਰ ਰਹੇ ਤੁਹਾਡੇ ਰਾਜ ਦੇ ਵਿੱਚ, ਤੁਹਾਡੇ ਮੁੱਖ ਮੰਤਰੀ ਹੁੰਦੇ ਆ, ਤੁਹਾਡੇ ਗ੍ਰਹਿ ਮੰਤਰੀ ਹੁੰਦੇ ਆ, ਤਾਂ ਕੁਦਰਤੀ ਤੌਰ ਤੇ ਤੁਹਾਡੀ ਸ਼ਖਸੀਅਤ ਤੇ ਸਵਾਲੀਆ ਨਿਸ਼ਾਨ ਲੱਗਣ। ਮੈਂ ਚਿੱਠੀ ਲਿਖੀ ਆ ਮਾਨਯੋਗ ਗਵਰਨਰ ਨੂੰ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਿੰਡੀਕੇਟ ਦੀ ਮੈਂਬਰੀ ਤੋਂ ਸੈਕ ਕਰਨ ਲਈ, ਤੇ ਅਸੀਂ ਮੰਗ ਕਰਕੇ ਆਏ SSP ਸਾਹਿਬ ਤੋਂ ਕਾਨੂੰਨੀ ਐਕਸ਼ਨ ਲੈਣ ਲਈ। ਤੇ ਜੇ ਕੁਛ ਨਾ ਹੋਇਆ 13 ਤਰੀਕ ਨੂੰ ਮੈਂ ਜਿਹੜਾ ਧਰਨਾ ਮੁੱਖ ਮੰਤਰੀ ਸਾਹਿਬ ਦੀ ਪਟਿਆਲਾ ਰਿਹਾਇਸ਼ ਦੇ ਸਾਹਮਣੇ ਮਾਰੂੰਗਾ ਤੇ ਕੱਲਾ ਬੈਠੂਗਾ ਮੈਂ। ਜੇ ਕਿਸੇ ਨੇ ਆਉਣਾ ਹੋਇਆ ਤਾਂ ਮੋਸਟ ਵੈਲਕਮ ਆਪਣੇ ਹੱਕਾਂ ਲਈ।